समाया
अविनाशी रोग नैन बिन से अविनाशी माया ज्योति में जो तरल जाया ज्योति में जो तरल जाया माटी माटी होई एक रोवन हार की कावन दे पवन पवन समाया पवन में है पवन समरा जाया ज्योति में ज्योत रल जाया शहर ही जाना होइए ते अपना समान पैक खरीदा है सारा कुछ ध्यान में रख दिया जो भी सानू चीज दी वस्तु दी लोड़ पैंदी है वो सारी असी अपने बैग में पाउंदे हां कि असी दूजे शहर जाना है सो इस लोक तो परलोक असी जाना होवे ते साडी तैयारी उस दे मुताबक होनी चाहिए कि उत्थे की काम आना है गुरु महाराज जी का जपया हुआ नाम
गुरु महाराज जी की कीती हुई संगत जे साहिब समा पता लगे मेरी बैग है सम
दिन कर पाया सो गया जो दिन कर पाया सो गया जो दिन कर पाया सो गया असी के हुक्म
Oh,
Yeah.
श्री भगवत जी सहाय वार श्री भगवत जी की पातशाही दसवें प्रथम भगवत सिमर कै गुरु नानक लें त्याय फिर अंगर गोरा ते अमरदास रामदास हुई सहाय अर्जन हर गोबिंद निधि अवताय सब थाई हुई सहाय दसवें पातशाह दसां पातशाहियां दी जोत धन धन साहिब श्री गुरु ग्रंथ साहिब जी के पाठ दर्शन दीदार ध्यान धर के दुलो जे प्यारे चौंड छकिया देख चलाई ते गुआरी देखिया डिठ कीता धर्म सिद्ध ते बंद बंद कटाए भूखे झंडा नाल बन बन ताड़े गए ਉੱਠੀਆਂ ਗੱਲਾਂ ਕਰਵਾਈਆਂ ਜਿੰਨਾ ਮਾਈਆਂ ਬੇਬੀਆਂ ਪੱਕੀ ਗਲਾਹੌਰ ਦੀ ਚਾਂਕ ਜੇਲ ਅੰਦਰ ਸਵਾ ਸਵਾ ਮਨ ਦੇਖੇ ਸੰਗਤੀ ਤੇ ਕੰਨੇ ਕੰਨੇ ਪਰਦਾਦੇ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਬਾਤਾਂ ਸੰਗ ਨਿਭਾਇਆ ਤਿੰਨਾਂ ਸੁਣੋ ਚੰਗਾ ਚੱਲ ਰਹੀਆਂ ਝੰਗੇ ਪਤੰਗਾਂ ਦੀ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੇ ਸਰਬੱਤ ਕਾਲ ਸਾਰੇ ਕੀ ਅਰਦਾਸ ਹੈ ਜੇ ਸਰਬੱਤ ਕਾਲ ਸਾਰੀ ਤੋਂ ਝੰਡੇ ਹੋਂਗੇ ਜੁਗੋ ਜੁਗਿਆ ਕਲ ਕਰਮ ਕਾ ਜੈਕਾਰ ਬੋਲੋ ਜੀ ਬੋਲਿਆ ਗਿਆ ਜੀ ਬੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਕਾਲ ਕਰੀ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਓਟਿਆਂ ਦੀ ਓਤ ਨਿਕਲ ਤੇਰੇ ਗੁਰੂ ਗ੍ਰੰਥ ਸਾਹਿਬ ਜੀਓ ਆਦਿ ਪੂਜੀ ਘੁੰਮਦਿਆਂ ਸੰਸਾਰਿਕ ਯਾਤਰਾ ਕਰਦੇ ਹਾਂ ਵਾਹਿਗੁਰੂ ਜੀਓ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰਦੇ ਸਨ ਵਾਹਿਗੁਰੂ ਨੇ ਪਰਸੋਂ ਰੋਜ਼ ਤੋਂ ਆਪ ਜੀ ਦੇ ਚਰਨ ਪਰਸ ਕੇ ਸੋਚੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਤੇ ਸ੍ਰੀ ਅਖੰਡ ਪਾਠ ਦਰਸ਼ਨ ਦੀ ਰਾਰ ਦੇ ਕੇ ਨਿਹਾਲ ਕੀਤਾ ਹੈ ਆਪ ਜੀ ਦੀ ਰੱਬੀ ਬਾਣੀ ਦਾ ਇਲਾਹੀ ਬਾਣੀ ਦਾ ਕੀਰਤਨ ਹੋਇਆ ਹੈ ਵਾਹਿਗੁਰੂ ਜੀ ਕੀਰਤਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਅੱਖਰ ਦਾ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਅੱਗੇ ਤੋਂ ਸੁਮੱਤ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਪੜ੍ਹੇ ਸੁਣੀ ਬਾਣੀ ਕੀਤੇ ਹੋਏ ਕੀਰਤਨ ਦਾ ਭਾਵ ਉਸ ਵਿਛੜੀ ਹੋਏ ਰੂਹ ਨੂੰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਉਹ ਇਸ ਸੰਸਾਰ ਵਿੱਚ ਵਿਚਰਦਿਆਂ ਜੀਵ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੁੰਦੀਆਂ ਨੇ ਵਾਹਿਗੁਰੂ ਜੀ ਉਹਨਾਂ ਭੁੱਲਾਂ ਨੂੰ ਨਾ ਚਿਤਾਰਨਾ ਜੀਵ ਨੂੰ ਆਵਾਗਾਉਣ ਦੇ ਚੱਕਰ ਤੋਂ ਬਚਾ ਕੇ ਰੱਖਣਾ ਪਿਛਮ ਪਰਿਵਾਰ ਵਾਹਿਗੁਰੂ ਜੀ ਜਿੰਨਾ ਭਾਵਨਾਵਾਂ ਲੈ ਕੇ ਸਮੂਹ ਪਰਿਵਾਰ ਨੇ ਆਪ ਜੀ ਦੇ ਚਰਨ ਪਰਸ ਕੇ
ਧੁਰਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਆਖੰਡ ਪਾਠ ਕਰਵਾਏ ਹਨ। ਕੀਰਤਨ ਕਰਵਾਏ ਕਲਾਕਰਣੀ ਪਰਿਵਾਰ ਵਿੱਚ ਅਗਾਂਹ ਤੋਂ ਸੁੱਖ ਸ਼ਾਂਤੀ ਵਰਤਾਉਣੀ। ਵਾਹਿਗੁਰੂ ਜੀ ਉਦਾਰਤੇ ਆਈ ਹੋਈ ਸਾਧ ਸੰਗਤ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ। ਚੜ੍ਹਦੀ ਕਲਾਕਰਣੀ ਜੇ ਵਾਹਿਗੁਰੂ ਜੀ ਕਰੋ ਕਿਰਪਾ, ਸਮੂਹ ਸੰਗਤਾਂ ਨੂੰ ਇਲਾਹੀ ਬਣ ਦੇ ਹੁਕਮਨਾਮੇ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਸੁਮੱਤ ਬਖਸ਼ਿਸ਼ ਕਰਨੀ। ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇ ਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰ ਆਇਆ ਗਿਆ ਪਈਆ ਕਾਲ ਕੇ ਕਬੈ ਚਲਾਇਓ ਪੰਥ ਖਾਲਸਾ ਕੀ ਹੈ ਨਗੋਏ ਮਾਰੇ ਸ਼ਬਦ ਮਿਲ ਗਏ ਬਚੇ ਸ਼ਰਨ ਜੋਏ। ਵਾਹਿਗੁਰੂ ਨਾਮ ਜਾਜ ਹੈ ਚੜੇ ਸੁਲਤਨ ਜੋ ਸਰਦਾ ਕਰ ਸੇਵਾ ਦੇ। ਵਾਹਿਗੁਰੂ ਸਾਹਿਬ ਜੀ ਸੁਆ ਚੰਦਨ ਮਰਦਨ ਅੰਗਾ ਜਲੈ ਸੰਗਾ ਉਪਜੈ ਨਿਪਜੈ ਨਿਪਜ ਸਮਾਈ ਨੈਣ ਦੇਖ ਤੋ ਜਗ ਜਾਇ ਲਾਜ ਨ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਾਸ਼ ਤੇਰਾ ਕੋਈ ਨਾ ਬੰਦੈ ਦੀਵਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ ਸੁਖ ਟਲ ਗੁਰ ਸੇਵੀਐ ਅਹਰ ਸਹਜ ਸੁਭਾਇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਮਲ ਜਨਮ ਜਨਮ ਦੇ ਕਟੀ ਸਜਣ ਸੱਚਾ ਪਾਤਸ਼ਾਹ ਸਿਰਸਾ ਜਿਸ ਪਾਤ ਬੈਠਿਆ ਸੋਈਐ ਸਭਨਾ ਦਾ ਹਰ ਹਰ ਕਥਾ ਨਿਰਲੇ
हर के संत सुनो जन पाई गुर से बहुते गुर गली सात गुर से वकर चहर बांध मत जान आज के कले हर के संत जपो हर जपना हर संत चल हर नाली जिन हर जपया से हर हुए हर मिलिया के लोके लाले हर हर जपना जप लो चलो चानी हर कृपा कर बनवाली जन नानक संगत साधार मिलो हम साध जना पग लाली हर हर जपना जप लो चलो चानी हर कृपा कर बनवाली जन नानक संगत साधार मिलो हम साध जना पगरले वाहेगुरु जी का खालसा वाहेगुरु जी की फतेह। धर्म सिंह दी निकी जात दे विच समागम दे विच इकत्र होई सर्वा साध सिंह जी वाहेगुरु जी का खालसा वाहेगुरु जी की फतेह। आप सब भरी पाठ जानते हो कि अज तो नौ दिन पहला साढ़े छोटे वीर भाई धर्म सिंह जी साढ़े तो विछड़ चुके। सरदार धर्म सिंह जी का एक जीवन जड़ा है बहुत छोटा जहा जीवन है बड़े हसमुख सुभा दे सिर्फ 60 साल के अंदर सानू विछोड़ा दे गए। साढ़े परिवार के नाल पंगू परिवार के नाल उन्हां दा बड़ा प्यार ते सत्कार सी। तकरीबन रोजाना साढ़े को जाते हसना खेडना गलां बातें करनिया चंगे विचार दियाँ जड़िया अज साढ़े को ज्यादा छड़ के चले गए हैं। साढ़े परिवार के साढ़े छोटे भतीजे मेजर सिंह नूं एक अपने दोवां पुत्रां दे सन्मान जानदे सन। अपने पिछे वो सरदार दो बच्चे काका गुरप्रीत सिंह मनप्रीत सिंह आस्ट्रेलिया तीन पोतरे एक पोतरी दो नौवा एक अपनी धर्मपत्नी छड़ के साथों सदा लई जुदा हो गए हैं। उन्हां दे शहीदी समागम ते इकत्र होई सरबा साध संगत जी वख वख पिंडां तों नगरां तों संगतां दूर दराड़े तो आईया हैं जिन्हां विच कोई साढ़े इलाके दे एम पी साहबान सरदार गुरजीत सिंह जी औजला साढ़े इलाके दे विधायक सरदार हर प्रताप सिंह जी अजनाला
ਕੇ ਚਲੇ ਗਏ ਹਨ। ਉਸ ਤੋਂ ਇਲਾਵਾ ਪੰਚ ਸਰਪੰਚ ਸਾਹਿਬਾਨ ਲੋਕ ਅੰਸਰ ਅੰਸਾਰ ਪਾਰਟੀ ਦੇ ਜਹੇਦਾਰ ਜੀ ਸਰਦਾਰ ਜਗਜੀਤ ਸਿੰਘ ਜੀ ਹਾਜ਼ਰ ਹੋਏ ਹਨ। ਬੜੀ ਦੁੱਖ ਦੀ ਗੱਲ ਹੈ, ਮਿਰਤ ਮੰਡਲ ਜਗ ਸਾਜਿਆ ਜੋ ਬਾਲੂ ਘਰ ਪਾਰ ਬਿਨਸ ਤਵਾਰ ਨਾ ਛੁੱਟੀ ਜਿਉਂ ਕਾਗਜ਼ ਬੋਂਦਾਰ ਰਾਜਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਮਨ ਨਾ ਬੰਦੇ ਤੀਰ ਦੇ ਮਹਾਂਵਾਕ ਅਨੁਸਾਰ ਛੋਟੀ ਜਿਹੀ ਉਮਰ ਦੇ ਵਿੱਚ ਛੋਟਾ ਬਾਲ ਪਰਿਵਾਰ ਛੱਡ ਕੇ ਚਲੇ ਜਾਣਾ ਇੱਕ ਬੜੀ ਦੁਖਦਾਈ ਘਟਨਾ ਹੈ, ਪਰ ਕਰ ਕੀ ਸਕਦੇ ਹਾਂ। ਜੋ ਦਾ ਹੁਕਮ ਹੈ ਜੋ ਆਇਆ ਸੋ ਚੱਲ ਸੀ ਸਭ ਕਈ ਆਈ ਵਾਰੀ ਹੈ। ਜੋ ਵੀ ਇਨਸਾਨ ਆਇਆ ਹੈ ਉਸਨੇ ਜਾਣਾ ਹੈ। ਬਿਰਖ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਅਦਾਵਤ ਭਿਆ ਉੱਠ ਚੱਲੀ ਜਿਉਂ ਜਿਉਂ ਰੈਣ ਵਿਹਾਨੀਆ। ਆਪਾਂ ਸਾਰੇ ਹੀ ਇਸ ਮੰਡਲ ਦੇ ਬ੍ਰਿਖ ਦੇ ਥੱਲੇ ਜਿੰਨੀ ਵੀ ਤਾਇਨਾਤ ਹੈ ਉਹਦੀ ਸ਼ਾਨ ਬੜੇ ਹਸਮੁੱਖ ਤੇ ਖੁੱਲੇ ਖੁਲਾਸੇ ਸੁਭਾਅ ਦੇ ਸਨ। ਜਦੋਂ ਵੀ ਜਾਣਾ ਹੱਸਣਾ ਖੇਡਣਾ ਤੇ ਹੱਸਦਿਆਂ ਖੇਡਦਿਆਂ ਖੇਡਦਿਆਂ ਹੀ ਆ ਜਾਣਾ। ਜਿਨ੍ਹਾਂ ਜਦੋਂ ਉਹਨਾਂ ਦੀ ਡੈਥ ਹੋਈ ਆ ਉਦੋਂ ਸਾਡੇ ਪਰਿਵਾਰ 'ਚ ਗਏ ਹੱਸਦੇ ਖੇਡਦੇ ਮੇਜਰ ਸਿੰਘ ਨੂੰ ਨਾਲ ਲੈ ਕੇ ਕਹਿੰਦੇ ਵੀ ਗੋਡਿਆਂ ਦੀ ਦਰਦ ਦਾ ਟੀਕਾ ਲਵਾਉਣਾ ਹੈ, ਅੱਗੇ ਵੀ ਲਵਾ ਕੇ ਆਏ ਸਨ। ਉਹਦੇ ਨਾਲ ਬੜਾ ਪ੍ਰੇਮ ਸੀ, ਉਹਨੂੰ ਨਾਲ ਲੈ ਕੇ ਆ ਗਿਆ। ਰਸਤੇ ਦੇ ਵਿੱਚ ਟੀਕਾ ਲਵਾ ਕੇ ਆਉਂਦਿਆਂ ਐਸੀ ਘਟਨਾ ਵਾਪਰੀ ਕਿ ਜਿਹੜੀ ਸਾਨੂੰ ਸਦਾ ਲਈ ਉਹਨਾਂ ਤੋਂ ਜੁਦਾ ਕਰ ਗਈ। ਹੁਣ ਵੱਖ ਵੱਖ ਪਾਲਕਾਂ ਦੇ ਨੁਮਾਇੰਦੇ ਆਏ ਹਨ, ਪੰਚ ਸਰਪੰਚ ਸਾਹਿਬ ਆਏ ਹਨ। ਤੁਸੀਂ ਜਾਣਦੇ ਹੋ ਮੈਂ ਦੱਸ ਚੁੱਕਾ ਹਾਂ ਸਰਦਾਰ ਹਰਪ੍ਰਤਾਪ ਸਿੰਘ ਜੀ ਜਨਾਲਾ ਕੁਛ ਕਾਰਨਾਂ ਕਰਕੇ ਚਲੇ ਗਏ ਹਨ, ਉਹ ਵੀ ਹਾਜ਼ਰੀ ਲਵਾ ਕੇ ਗਏ ਹਨ। ਸਰਦਾਰ ਬਲਜੀਤ ਸਿੰਘ ਜੀ ਹਾਜ਼ਰ ਹਨ। ਇਸ ਤੋਂ ਇਲਾਵਾ ਪੰਚ ਸਰਪੰਚ ਇਲਾਕੇ ਦੇ ਜੋਤ ਸਿੰਘ ਰਣਜੋਤ ਸਿੰਘ ਸਮਰਾ ਅਕਾਲੀ ਦਲ ਬਾਦਲ ਦੇ ਇੰਚਾਰਜ ਹਲਕੇ ਦੇ ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਹਨ। ਉਸ ਤੋਂ ਉਪਰੰਤ ਸਰਦਾਰ ਪਰਸ਼ੋਤਮ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਿੰਡ ਖਤਰਾਏ ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਹਨ। ਸਰਵਣ ਸਿੰਘ ਜੀ ਨਿਜ਼ਾਮਪੁਰਾ ਯੂਥ ਕਾਂਗਰਸ ਦੇ ਪ੍ਰਧਾਨ ਅਜਨਾਲੇ ਦੇ। ਉਸ ਤੋਂ ਇਲਾਵਾ ਅਮਨਦੀਪ ਸਿੰਘ ਚੜੇਲ ਉਹ ਵੀ ਹਾਜ਼ਰੀ ਲਵਾਉਣ ਆਏ ਹਨ। ਨਿਰਮਲ ਸਿੰਘ ਜੀ ਸਰਪੰਚ ਕੋਟਲਾ ਸਦਰ ਉਹ ਵੀ ਪਹੁੰਚੇ ਹੋਏ ਹਨ। ਬਲਵਿੰਦਰ ਸਿੰਘ ਬੱਲਾ ਪਿੰਡ ਪੁਤਲੀ ਤੋਂ ਉਹ ਵੀ ਪਹੁੰਚੇ ਹੋਏ ਹਨ। ਗੁਰਦੇਵ ਸਿੰਘ ਜੀ ਸਰਪੰਚ ਉਹ ਵੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਨੂੰ ਆਏ ਸਨ। ਬਹੁਤ ਹੀ ਸਾਰੇ ਪੰਚ ਸਰਪੰਚਾਂ ਨੇ ਜਿਨ੍ਹਾਂ ਦੇ ਨਾਮ ਬਾਅਦ ਵਿੱਚ ਲਾਉਂਗਾ। ਹੁਣ ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰੂੰਗਾ
सरदार गुरजीत सिंह जी एमपी साहब औला साहब सरदार धर्म सिंह श्रद्धा के फुल भेंट कर वाहेगुरु जी का खालसा वाहेगुरु जी का खालसा वाहेगुरु जी की फतेह। अस असीं सरदार धर्म सिंह जी की अंतम अरदास शामिल होना आए हैं। मनुखी जीवन जिन्ना परमात्मा ने बख्शिश किया सी वो भुगत के वो परिवार में विछोड़ा दे के अज तो दस दिन पहलों इस दुनिया तो अलविदा कह चुके हैं। साहब अज वडियाइया ने साहब साढ़े जिहड़े शरीर के अंदर चलते सवास ने जिन्हें बख्शिश किए ने उस तो बाद असी जा नहीं सकते। असी जीवें साडा आपसी प्यार हुंदा परिवारां दे विच चाहे उम्र छोटी होवे चाहे वड्डी होवे दुख अकै हुंदा जदों कोई सज्जन मित्र भैण भरा के दुख मनाउंदे ने दुख घटदा जरूर है। सरदार धर्म सिंह जी दा परिवार मेरी किसान मनप्रीत दे नाल गाणी मैं आस्ट्रेलिया दौरे ते गया सी 3-4 महीने होए आ और इन्ना चंगा लगा कि उत्थे इन्होंने बहुत सोना अपनी मेहनत के नाल दसारों की किरत करके अपने आप को उस समाज के स्थापित किया अपनी एक होंद बनाई। बहुत चंगा लगा जो बड़ा दुख हों कि जो बच्चों विदेश भेजना पैंता माँ बाप से बहुत वाला एक प्रश्न चिन्ह हों मन से जोड़ा साझा भी नहीं कर पाते पर जो बच्चे कामयाब होकर वापस मुड़ते हैं फिर माँ बाप का जरा साहस भी बढ़ते हैं उन्होंने हिम्मत भी बढ़ती है तो मैं कहना कि उम्र भी जरूर बढ़ती है पर कई बार जिहड़ियां चीज़ां लिखतां ने उस तरीके नाल होणियां ने उन्होंने असं इनकार ही नहीं कर सकते। गुरप्रीत इतने मेहनत करता है हुण सुख लैण का समा हुंदा है इस उम्र के पर परमात्मा के सवास जिन्ने सी उन्हें भुगत के परमात्मा की जो हुक्म है वो उसके मुताबिक हो संसार वास्ते भी विछोड़ा दे गए पर मैं समझदा एक चंगी पालन पोषण परिवार को दिता है जिदे करके दसवां नौवां की किरत करते हुए चंगा समाज के लिए नाम बनाया। मैं परमात्मा के चरणों में अरदास करांगा कि परमात्मा इस विछड़ी रूह को अपने चरणों में निवास बख्शे इस परिवार को खासकर दोवां बच्चों को बच्चियों को जो सरदार धर्म सिंह जी का सोच सी उसके मुताबिक चलन का बल बख्शे। किसी भी समाज के जो चलते हैं कई प्रकार के संकटों का सामना करना पैंदा है परमात्मा इस परिवार के नाल साहिब हुए। वाहेगुरु जी का खालसा वाहेगुरु जी की फतेह। औजला जिन्होंने बड़े सत्कार के नाल सारे परिवार के नाल दुख साझा किया पूरी होवे जुगत हसंदियां खलंदियां सवंदियां पहनंदियां विच होवे जिहड़ी बाणी दी सतर है ये भाई धर्म सिंह दे नाल जुड़ती है जिवें कि उन्हां दा अकाल चलाना करना हसदियां कुछ सज्जन जिहड़े रह गए हन उन्हां दे नाम है इस प्रकार सरदार बलविंदर सिंह जी बल्ला पुतली वाले सरदार गुरदेव सिंह जी साबका सरपंच तरपाल सिंह जी साबका चेयरमैन हलका ब्लाक ब्लाक समिति फतेहगढ़ चूड़ियां तो वह भी हाजिर हैं वह भी शरदा के फुल भेंट करते हैं। सरदार जैब सिंह जी वसीका नवीस वह भी हाजिरी लगा के गए हैं पिंड विशोवा तो भुल्लर साहब मैं तहे दिलों धन्यवाद करता हाँ। सरदार रिशपाल सिंह जी पाली सरपंच पिंड बोर वाला उन्होंने भी हाजिरी भरी है टाइम को मुख रखते हैं सारे बुलारियों बुला नहीं सकते इस करके असी माफी चाहते हाँ। सरदार
ਹਰਿੰਦਰ ਸਿੰਘ ਜੀ ਨਿਜ਼ਾਮਪੁਰਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕੁਛ ਪਲ ਵਾਸਤੇ ਆਣ ਕੇ ਪਰਿਵਾਰ ਦੇ ਨਾਲ ਸ਼ਰਧਾ ਦੇ ਫੁੱਲ ਭੇਟ ਕਰਨ। ਉਹ ਨਹੀਂ ਆਏ, ਬਹੁਤ ਬਹੁਤ ਮਿਹਰਬਾਨੀ, ਚਲੇ ਗਏ ਹਨ। ਉਸ ਤੋਂ ਉਪਰੰਤ ਸਰਦਾਰ ਜਗਜੋਤ ਸਿੰਘ ਜੀ ਖਾਲਸਾ, ਲੋਕ ਇਨਸਾਫ ਪਾਰਟੀ ਧਾਰਮਿਕ ਵਿੰਗ ਪੰਜਾਬ ਦੇ ਪ੍ਰਧਾਨ ਸਾਹਿਬ ਜਹੇਦਾਰ ਜੀ ਸਿੰਘ ਸਾਹਿਬ ਆਏ ਹਨ। ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ ਤੇ ਸਰਦਾਰ ਧਰਮ ਸਿੰਘ ਨੂੰ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਸੰਗਤ, ਭਾਈ ਧਰਮ ਸਿੰਘ ਜੀ ਦੇ ਅੰਤਮ ਅਰਦਾਸ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਇਕੱਤਰ ਹੋਏ ਸਭ ਤੋਂ ਪਹਿਲਾਂ ਗੁਰੂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਕਟਰੀ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਸਰਦਾਰ ਧਰਮ ਸਿੰਘ ਬਾਰੇ, ਉਹਨਾਂ ਦੇ ਪਰਿਵਾਰ ਬਾਰੇ ਆਪ ਸਭ ਸੰਗਤਾਂ ਦੇ ਨਾਲ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਦਾ ਇਸ ਪਰਿਵਾਰ ਦਾ ਸਮਾਜ ਦੇ ਪ੍ਰਤੀ, ਇਲਾਕੇ ਦੇ ਪ੍ਰਤੀ ਵਿਹਾਰ ਸੀ। ਠੀਕ ਹੈ, ਜਿਸ ਘੜੀ 'ਤੇ ਅੱਜ ਅਸੀਂ ਬੈਠੇ ਹਾਂ, ਬੜੀ ਦੁਖਦਾਇਕ ਹੈ, ਅਕਹਿ ਵੀ ਹੈ ਤੇ ਅਸਹਿ ਵੀ ਹੈ। ਪਰਿਵਾਰ ਵਾਸਤੇ ਬੜਾ ਔਖਾ ਸਮਾਂ, ਪਰ ਫਿਰ ਵੀ ਸਾਡੇ ਗੁਰੂ ਸਾਹਿਬਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੇ ਉੱਪਰ ਸਾਡੀ ਆਸਥਾ ਹੈ, ਜਿਹ ਤੋਂ ਅਸੀਂ ਸਭ ਕੁਛ ਮੰਗਦੇ ਹਾਂ, ਉਹ ਇਹ ਗੱਲ ਕਹਿੰਦੇ ਨੇ ਮਰਨ ਲਖਾਏ ਮੰਡਲ ਨੇ ਆਏ। ਜਦੋਂ ਵੀ ਕੋਈ ਜੀਵ ਇਸ ਦੁਨੀਆਂ ਤੇ ਆਉਂਦਾ, ਪਰਮਾਤਮਾ ਉਹਦੇ ਸਵਾਸ, ਉਹਦੀਆਂ ਘੜੀਆਂ, ਉਹਦੀ ਥਾਂ ਸਭ ਲਿਖ ਕੇ ਘੱਲਦਾ। ਦੁਖਦਾਇਕ ਸਮਾਂ ਹੈ ਜਾਂ ਧਾਰਮਿਕ ਜਥੇਬੰਦੀਆਂ ਆ ਕੇ ਦੁੱਖ ਵਡਾਉਂਦੀਆਂ, ਤਾਂ ਹਰ ਇੱਕ ਵਿਅਕਤੀ ਦਾ ਜਿਹੜਾ ਹੌਸਲਾ ਪਰਿਵਾਰ ਦਾ ਵੱਧਦਾ ਕਿ ਸਮਾਜ ਸਾਡੇ ਨਾਲ ਖੜਾ ਆ, ਇਲਾਕਾ ਸਾਡੇ ਨਾਲ ਖੜਾ ਆ। ਜੇ ਸਾਡੇ ਅੱਜ ਬਜ਼ੁਰਗ ਇਸ ਦੁਨੀਆ ਤੇ ਨਹੀਂ, ਸਾਡੇ ਪਰਿਵਾਰ 'ਚ ਨਹੀਂ, ਪਰ ਇਲਾਕਾ ਉਹਨਾਂ ਦੀ ਕਮੀ ਸਾਨੂੰ ਮਹਿਸੂਸ ਨਹੀਂ ਹੋਣ ਦੇਗਾ। ਰਾਜੀ ਧਾਰਮਿਕ ਜਥੇਬੰਦੀਆਂ ਸਾਨੂੰ ਕਮੀ ਨਹੀਂ ਮਹਿਸੂਸ ਹੋਣ ਦੇਣਗੀਆਂ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਇਸ ਪਰਿਵਾਰ ਬਾਰੇ, ਇਸ ਨਗਰ ਬਾਰੇ ਦੱਸਣਾ ਚਾਹੁੰਦਾ। ਕੁਦਰਤ ਦੀ ਗੱਲ ਹੈ ਕਿ ਜਦੋਂ ਅੱਜ ਤੋਂ 10 ਸਾਲ ਪਹਿਲਾਂ ਇਸ ਨਗਰ ਦੇ ਨਾਲ ਮੇਰਾ ਵਾਸਤਾ ਜੁੜ ਗਿਆ ਸੀ, ਤੇ ਜੋ ਜੋ ਸਮਾਂ ਅੱਗੇ ਗਿਆ, ਜਿੱਦਾਂ ਜਿੱਦਾਂ ਮੇਰੀ ਜ਼ਿੰਦਗੀ ਨੇ ਕਰਵਟ ਲਈ, ਉਸੇ ਤਰ੍ਹਾਂ ਇਸ ਨਗਰ ਨੇ, ਇਸ ਪਰਿਵਾਰ ਨੇ ਮੇਰਾ ਸਾਥ ਦਿੱਤਾ। ਇਹ ਪਰਿਵਾਰ ਮੈਂ ਅੱਜ ਰਾਜਸੀ ਤੌਰ ਤੇ ਨਹੀਂ, ਪਰਿਵਾਰਕ ਤੌਰ ਤੇ ਇੱਥੇ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ, ਤੇ ਜਿੰਨੇ ਵੀ ਇਲਾਕਾ ਨਿਵਾਸੀ ਜਥੇਬੰਦੀਆਂ ਧਾਰਮਿਕ ਜਾਂ ਰਾਜਸੀ ਆਈਆਂ, ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਅੱਜ ਤੋਂ 10 ਸਾਲ ਪਹਿਲਾਂ ਮੈਂ ਇੰਗਲੈਂਡ ਦੀ ਧਰਤੀ ਤੇ ਸੀ, ਤਾਂ ਇਸ ਇਲਾਕੇ ਦੇ, ਇਸ ਨਗਰ ਦੇ ਮੇਰੇ ਨਾਲ 3-4 ਸਿੰਘ ਸੀ। ਬੜਾ ਪ੍ਰੇਮ ਸਾਡਾ, ਇਕੱਠੇ ਇੱਕ ਰੂਮ ਦੇ ਵਿੱਚ ਰਹਿੰਦੇ। 4-5 ਸਾਲ ਮੈਂ ਇੰਗਲੈਂਡ ਦੀ ਧਰਤੀ ਤੇ ਰਿਹਾ, ਤੇ ਅਸੀਂ ਇਕੱਠੇ ਖਾਧਾ, ਇਕੱਠਿਆਂ ਕੰਮ ਕੀਤਾ, ਉਦੋਂ ਤੋਂ ਪਿਆਰ ਬਣਿਆ। ਫਿਰ ਵਾਪਸ ਆਏ ਇਸ ਧਰਤੀ ਤੇ, ਤਾਂ
इस नगर के नाल सारे परिवार तो मेरी सांझ बन गई। फिर परमात्मा ने ऐसा समा लिया समाजिक ते राजनीतिक समय नूं वेखदे होए राजसी सफर जिहड़ा सफर मैं शुरू किया हल्का राजा सांसी तो जो इलाके च विचरे ता इस नगर दे संगत ने इस परिवार ने सरदार गुरप्रीत सिंह ने साडा मित्र जिगरी भरा जिन्हें रात दिन मेहनत करके साडा साथ दिता। सो बेनती मेरी यह है कि इस परिवार के नाल मैं राजसी नहीं परिवारक तौर पर अज हाजरी भरी है। सो आप सारे जिन्हें भी शरीर इतने एकत्र हुए हैं क्योंकि जो अरदास साझी की संगत की की अरदास व्यर्थी नहीं जानी सच्ची श्रद्धांजलि जो वह परसों रोज तो जो श्री अखंड पाठ साहब आरंभ किए हुए सी अज कीर्तनी सिंह ने कीर्तन के नाल संगतां नूं निहाल किया उपरंत अरदास हुक्मनामा लिया यही सच्ची श्रद्धांजलि आ। ते आओ आपां गुरु साहब के चरणों के विच अरदास विच निवास बख्शे ते पिछे परिवार नूं भाणा मनण दा बल बख्शे। वाहिगुरु जी का खालसा वाहिगुरु जी की फतेह। दूरों आईया सर्वत संगतां दा तह दिलों धन्नवाद करदा हाँ जिन्हां ने इस शोक समागम दे विच आके हाजरियां भरियां हन। मैं सारिआं दा दुबारा सारिआं दा तह दिलों धन्नवाद करदा हाँ साहिब श्री गुरु ग्रंथ साहिब दा धन्नवाद करदा हाँ जिन्हां ने ग्रह विखे हजूर सतगुरु जी ने बाणी फरमा के सर्वत संगतां नूं चरणां नाल जोड़िया है। सो हुण बाबा जी देवत आउंगे